ਸਤਿ ਸ੍ਰੀ ਅਕਾਲ ਜੀ ਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਵੀ ਜਿਹੜੀਆਂ ਆਪਣੀਆਂ ਚਗਾਠਾਂ ਦੇ ਵਿੱਚ ਆ ਦੇਖੋ ਚਗਾਠਾਂ ਨੇ ਨਾ ਆਹ ਟੀਜੇ ਦੀਆਂ ਜਿਹੜੀਆਂ ਆਉਂਦੀਆਂ ਨੇ ਇਹਦੇ ਵਿੱਚ ਆਪਾਂ ਜਿਹੜੀ ਚਿੜਕਣੀ ਵਾਲੀ ਗਲੀ ਕੱਢਦੇ ਹਾਂ ਉਹ ਆਸਾਨ ਤਰੀਕੇ ਨਾਲ ਕਿੱਦਾਂ ਕੱਢ ਸਕਦੇ ਹਾਂ ਠੀਕ ਆ ਅਤੇ ਆ ਜਾਓ ਤੁਹਾਨੂੰ ਦੱਸੀਏ ਅਤੇ ਤੁਹਾਨੂੰ ਦਿਖਾਈਏ ਵੀ ਕਿਸ ਤਰ੍ਹਾਂ ਅਸੀਂ ਕੱਢਦੇ ਹਾਂ ਕੀ ਚੀਜ਼ਾਂ ਵਰਤਦੇ ਹਾਂ ਅਤੇ ਆ ਜਾਓ ਮੇਰੇ ਹੱਥ 'ਚ ਹੈਗੀ ਸੂੰਬੀ ਆ ਦੇਖੋ ਜੀ ਬਿੱਟ ਦੰਗ ਅਸੀਂ ਧਾਰ ਲਾ ਲਈ ਟੇਪਰ ਠੀਕ ਆ ਅਤੇ ਹੁਣ ਤੁਹਾਨੂੰ ਦੱਸਦੇ ਹਾਂ ਇਹ ਵਰਤਣੀ ਕਿਵੇਂ ਆ ਆਹ ਦੇਖੋ ਇਹ ਆਪਣਾ ਬਰਮਾ ਗਾ ਜਿਹੜਾ ਆਪਣਾ ਟੁੱਟਿਆ ਹੋਇਆ ਟੁੱਟ ਜਾਂਦਾ ਨਾ ਬਰਮਾ 6 mm ਵਾਲਾ ਉਹ ਆ ਠੀਕ ਆ ਅਤੇ ਇੱਦਾਂ ਇਹਦੀ ਧਾਰ ਲਾ ਲਈ ਅਸੀਂ ਗਰੈਂਡਰ ਨਾਲ ਹੁਣ ਦਿਖਾਉਂਦੇ ਹਾਂ ਤੁਸੀਂ ਦੇਖ ਸਕਦੇ ਹੋ ਆਪਾਂ ਚਗਾਠਾਂ ਦੇ ਵਿੱਚ ਜਿਹੜੀਆਂ ਗਲੀਆਂ ਕੱਢਦੇ ਹਾਂ ਟੀਨ ਵਾਲੀਆਂ ਚਗਾਠਾਂ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਆਉਂਦੀ ਆ ਅਤੇ ਅਸੀਂ ਇੱਕ ਤਾਂ ਉਹਦੇ ਵਿੱਚ ਆਹ ਬਰਮਾ ਵਰਤਦੇ ਹਾਂ ਦੇਖੋ ਹਿਲਟੀ ਬਿੱਟ ਦਾ ਬਰਮਾ ਗਾ ਠੀਕ ਆ ਜੀ ਇੱਕ ਆਹ ਸੁੰਦੀ ਪੇਪਰ 6 mm ਦਾ ਬਰਮਾ ਠੀਕ ਆ ਜੀ ਅਤੇ ਇੱਕ ਆਹ ਸੁੰਦੀ ਵਰਤਦੇ ਹਾਂ ਅਤੇ ਆਪਾਂ ਇਹਦੇ ਨਾਲ ਇਹ ਗਲੀਆਂ ਕੱਢਦੇ ਹਾਂ ਅਤੇ ਆ ਜਾਓ ਤੁਹਾਨੂੰ ਦੱਸੀਏ ਵੀ ਕਿੱਦਾਂ ਲੱਗਦਾ ਤੇ ਹੁਣ ਤੁਸੀਂ ਦੇਖ ਸਕਦੇ ਹੋ ਅਸੀਂ ਇਹਦੇ ਨਾਲ ਸੈਂਟਰ ਲਾਵਾਂਗੇ ਸੁੰਬੀ ਨਾਲ ਪਹਿਲਾਂ ਨਿਸ਼ਾਨ ਲਾ ਲਿਆ ਸੈਂਟਰ ਲਾ ਲਿਆ ਹਾਂ ਨਿਸ਼ਾਨ ਲਾ ਲਿਆ ਸੀ ਤੁਸੀਂ ਸੈਂਟਰ ਲਾ ਬਸ ਹਾਂ ਇਹ ਸੁੰਬੀ ਨਾਲ ਸੈਂਟਰ ਲਾ ਲਿਆ ਠੀਕ ਆ ਜੀ ਅਤੇ ਉਸ ਤੋਂ ਬਾਅਦ ਅਸੀਂ ਜਿਹੜੀ ਉਹ ਟੇਪਰ ਵਾਲੇ ਆਪਾਂ ਬਣਾਇਆ ਸੀ ਸਿਸਟਮ ਬਰਮਾ ਇੱਕ ਉਹਨੂੰ ਚਾੜਾਂਗੇ ਡਰਿੱਲ ਦੇ ਉੱਤੇ ਚਾੜ ਲਾ ਡਰਿੱਲ ਦੇ ਉੱਤੇ ਚਾੜਨ ਤੋਂ ਬਾਅਦ ਇਹਦੇ ਨਾਲ ਇੱਕ ਵਾਰੀ ਗਲੀ ਮਾਰ ਲਾਂਗੇ ਠੀਕ ਆ ਜੀ 6 mm ਦੀ ਗਲੀ ਵੱਜ ਚੁੱਕੀ ਆ ਦੇਖੋ ਤੁਸੀਂ ਇਹ 6 mm ਦੀ ਗਲੀ ਮਾਰਤੀ ਜਾਂਦੇ ਹਾਂ ਠੀਕ ਆ ਜੀ ਉਸ ਤੋਂ ਬਾਅਦ ਅਸੀਂ ਬਰਮਾ ਲੈਣਾ ਵੱਡਾ ਦੇਖੋ ਵੱਡਾ ਬਰਮਾ ਲਿਆਂਦਾ ਹੋਇਆ ਇਹ ਵੀ ਜ਼ਰੂਰੀ ਹੈ ਲੰਬਾ ਬਰਮਾ ਕਿਉਂਕਿ ਤੁਹਾਨੂੰ ਦੱਸਾਂਗੇ ਇਹਦਾ ਵੀ ਕੀ ਕਾਰਨ ਹੈ ਲੰਬਾ ਬਰਮਾ ਹੀ ਚਾਹੀਦਾ ਹੁੰਦਾ ਕਿਉਂਕਿ ਜਿਹੜੀਆਂ ਆਪਾਂ ਵਿੰਡੋਆਂ ਦੇ ਪੱਲਿਆਂ ਦੀਆਂ ਗਲੀਆਂ ਕੱਢ ਦਿਆਂਗੇ ਉਹਦੇ ਵਿੱਚ ਆਪਾਂ ਨੂੰ ਇਹਦੀ ਬਹੁਤ ਲੋੜ ਪੈਂਦੀ ਹੈ ਟੇਢੀ ਟੁੱਡੀ ਕਰਨੀ ਪੈਂਦੀ ਹੈ ਠੀਕ ਆ ਜੀ ਅਤੇ ਹੁਣ ਅਸੀਂ ਆਹ ਦੇਖੋ ਗਲੀ ਕੱਢਣ ਲੱਗੇ ਹਾਂ ਦੂਸਰੀ ਉਹਦੇ ਵਾਲੀ ਆਪਣੀ ਫਾਈਨਲ ਗਲੀ ਕੱਢਣ ਲੱਗੇ ਆਹ ਦੇਖੋ ਤੁਸੀਂ ਗਲੀ ਨਿਕਲ ਰਹੀ ਹੈ ਅਤੇ ਤੁਸੀਂ ਦੇਖ ਸਕਦੇ ਹੋ ਗਲੀ ਨਿਕਲ ਚੁੱਕੀ ਹੈ ਅਤੇ ਹੁਣ ਤੁਹਾਨੂੰ ਅਸੀਂ ਇਹ ਗਲੀ ਆ ਜਿਹੜੀ ਆਪਣੀ ਕੱਢੀ ਸੀ ਝਟਕੀ ਲਾ ਕੇ ਦਿਖਾਉਣੇ ਆ ਸੋ ਉਮੀਦ ਆ ਇਹ ਪਹਿਲੇ ਝਟਕੇ ਫਿੱਟ ਆਊਗੀ ਅਤੇ ਥੋੜ੍ਹਾ ਬਹੁਤ ਸੁਣੀ ਮੇਰਾ ਵਰਤ ਨਹੀਂ ਪੈ ਸਕਦੀ ਲਓ ਜੀ ਇਹ ਝਟਕਣੀ ਤੁਸੀਂ ਦੇਖ ਸਕਦੇ ਹੋ ਪਹਿਲੀ ਵਾਰੀ 'ਚ ਇਹ ਫਿੱਟ ਸਹੀ ਹੋ ਗਈ ਆ ਦੇਖੋ ਹਾਂ ਦੇਖੋ ਬਹੁਤ ਹੀ ਫਿਨਿਸ਼ਿੰਗ ਨਾਲ ਗਲੀ ਨਿਕਲਦੀ ਹੈ ਅਤੇ ਤੁਸੀਂ ਦੇਖ ਸਕਦੇ ਹੋ ਜਿਹੜਾ 12 ਇੰਚੀ ਬਰਮਾ ਅਸੀਂ ਕਿਉਂ ਵਰਤ ਦਿਆਂਗੇ ਠੀਕ ਹੈ
ਵੈਸੇ ਇਹਦੇ ਵਿੱਚ ਮੇਰੇ ਖਿਆਲ ਗਲੀ ਵੱਜੀ ਹੋਈ ਆ ਪਹਿਲਾਂ ਤੀ ਆਪਾਂ ਬਾਅਦ ਚ ਮਾਰ ਰਹੇ ਪਹਿਲਾਂ ਦਿਖਾ ਦੇਣਾ ਤੂੰ ਦੱਸ ਦੇ ਆਹ ਦੇਖੋ ਹਾਂ ਗਲੀ ਵੱਜੀ ਇੱਧਰ ਵੈਸੇ ਗਲੀ ਵੱਜੀ ਹੋਈ ਆ ਜੀ ਠੀਕ ਆ ਤੇ ਆਹ ਦੱਸੀ ਇਹਦੇ ਵਿੱਚ ਗਲੀ ਮਾਰ ਕੇ ਦਿਖਾ ਇੱਧਰ ਦੀ ਵਰਮਾ ਚਲਾ ਕੇ ਤੇ ਉੱਧਰ ਦੀ ਚਲਾ ਕੇ ਦਿਖਾ ਲੰਬਾ ਵਰਮਾ ਜਿਹੜਾ ਆਸਾਨੀ ਨਾਲ ਆਪਾਂ ਵਰਤ ਸਕਦੇ ਹਾਂ ਠੀਕ ਹੈ ਨਾ ਸਿੱਧਾ ਰਹਿੰਦਾ ਵਰਮਾ ਆਹ ਦੇਖੋ ਸਿੱਧਾ ਨਿਕਲ ਗਿਆ ਤੇ ਹੁਣ ਇਹਨੂੰ ਕਈ ਵਾਰੀ ਉੱਧਰ ਦੀ ਵੀ ਚਲਾਉਣਾ ਪੈ ਜਾਂਦਾ ਆਹ ਦੇਖੋ ਕਈ ਵਾਰੀ ਗਲੀ ਸਹੀ ਨਹੀਂ ਨਿਕਲਦੀ ਇਹਨਾਂ ਕਾਰਨਾਂ ਕਰਕੇ ਉਹ ਦੇਖੋ ਉਹ ਪਰਾਂ ਰਹਿ ਕੇ ਆਪਾਂ ਤੇ ਹੁਣ ਤੁਸੀਂ ਦੇਖ ਸਕਦੇ ਵੈਸੇ ਇਹ ਅਸੀਂ ਪਹਿਲਾਂ ਫਿੱਟ ਕਰਤੀ ਸੀਗੀ ਤੇ ਹੁਣ ਇਹ ਵੀ ਸਹੀ ਹੋ ਗਈ ਤਕਰੀਬਨ ਸਹੀ ਸੀਗੀ ਠੀਕ ਆ ਜੀ ਤੇ ਵੀਡੀਓ ਨੂੰ ਕਰਦੇ ਹਾਂ ਬੰਦ ਤੇ ਤੁਸੀਂ ਦੇਖੋ ਕਿੰਨੇ ਆਸਾਨ ਤਰੀਕੇ ਨਾਲ ਲੱਗ ਰਹੀ ਹੈ ਚਟਕਣੀ ਬਹੁਤ ਹੀ ਆਸਾਨ ਤਰੀਕੇ ਨਾਲ ਚਟਕਣੀ ਲੱਗ ਰਹੀ ਹੈ ਨਾਲੇ ਪੂਰੀ ਫਿਨਿਸ਼ਿੰਗ ਦੇ ਨਾਲ ਜਿਹੜੀ ਗਲੀ ਇਹ ਨਿਕਲ ਗਈ ਹੈ ਸੋ ਉਮੀਦ ਹੈ ਤੁਸੀਂ ਵੀਡੀਓ ਪਸੰਦ ਕਰੋਗੇ ਅਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋਗੇ ਜੀ ਧੰਨਵਾਦ।